ਦਰਸ਼ਕੋ ਸਵਾਗਤ ਕਰਦੇ ਤੁਹਾਡਾ ਸਾਡੇ ਵਾਲਾ ਦੂਰਦਰਸ਼ਨ ਦੇ ਉੱਤੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਆਈਫੋਨ 13 ਦੇ ਲਾਂਚ ਹੋਣ ਤੋਂ ਬਾਅਦ ਹਿੱਲ ਰਹੇ ਨੇ ਲੋਕਾਂ ਦੇ ਬਜਟ, ਜਾਂ ਫਿਰ ਹਿੱਲ ਸਕਦੀ ਹੈ ਸੇਵਿੰਗ। ਵਿਦੇਸ਼ਾਂ ਦੇ ਵਿੱਚ ਬੰਦਾ ਘਰ ਚੇਂਜ ਕਰਕੇ ਜਾਂਦਾ ਹੈ ਥੱਕ। ਆਨਲਾਈਨ ਵੈਬਸਾਈਟਸ ਤੋਂ ਕੀਤਾ ਗਿਆ ਸਮਾਨ ਆਰਡਰ, ਕੁਝ ਫੈਕਟਸ। ਅਤੇ ਪਲਾਸਟਿਕ ਦੇ ਸਮਾਲ ਮਿਨਰਲ ਵਾਟਰ ਕੱਪਸ ਨੂੰ ਓਪਨ ਕਰਨ ਵੇਲੇ ਦਾ ਮਾਹੌਲ, ਕੁਝ ਫੈਕਟਸ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਦਰਸ਼ਕੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਈਫੋਨ 13 ਆ ਚੁੱਕਾ ਹੈ, ਅਤੇ ਜਿਸ ਦੇ ਆਉਣ ਦੇ ਨਾਲ ਲੋਕਾਂ ਦੇ ਬਜਟ ਵਿਗੜਨੇ ਸ਼ੁਰੂ ਹੋ ਚੁੱਕੇ ਨੇ, ਅਤੇ ਜਾਂ ਫਿਰ ਜੋ ਸੇਵਿੰਗਸ ਅਤੇ ਬਜਟਸ ਹੈ ਉਸ ਦੇ ਵਿਗੜਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਤੇ ਦਰਸ਼ਕੋ, ਦੇਖਿਆ ਕਿ ਲੋਕਾਂ ਨੇ ਜੋ ਸੇਵਿੰਗ ਕੀਤੀ ਹੋਈ ਹੈ, ਜੋ ਸਾਈਡ ਦੇ ਉੱਤੇ ਸੇਵਿੰਗ ਰੱਖੀ ਹੋਈ ਹੈ, ਉਸ ਨੂੰ ਆਈਫੋਨ 13 ਲੈਣ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ। ਅਤੇ ਜਿਸ ਦੇ ਕਾਰਨ ਦੇਖਿਆ ਗਿਆ ਹੈ ਕਿ ਘਰਾਂ ਦੇ ਵਿੱਚ ਹਸਬੈਂਡ ਅਤੇ ਵਾਈਫ ਇੱਕ ਦੂਜੇ ਨਾਲ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਨੇ, ਅਤੇ ਉਹ ਇੱਕ ਦੂਜੇ ਨੂੰ ਕਹਿ ਰਹੇ ਨੇ ਗਰੋਸਰੀ ਵੀ ਲਿਆਉਣੀ ਆ, ਅਤੇ ਛੋਟੂ ਦੇ ਵੀ ਕਿੰਨੇ ਸਕੂਲ ਦੇ ਖਰਚੇ ਨੇ, ਅਤੇ ਤੁਹਾਨੂੰ ਆਈਫੋਨ 13 ਖਰੀਦਣ ਦੀ ਪਈ ਹੈ। ਅਤੇ ਦੂਜੇ ਪਾਸੇ ਦੇਖਿਆ ਹੈ ਕਿ ਜਿਨ੍ਹਾਂ ਹਸਬੈਂਡ ਅਤੇ ਵਾਈਫ ਦੇ ਜਨਮ ਦਿਨ ਨੇ, ਉਹ ਆਈਫੋਨ 13 ਲਾਂਚ ਤਰੀਕ ਤੋਂ ਬਾਅਦ ਚ ਲਾਗੇ ਛਾਗੇ ਆ ਰਹੇ ਨੇ, ਤੇ ਉਹ ਇੱਕ ਦੂਜੇ ਤੋਂ ਐਕਸਪੈਕਟ ਕਰ ਰਹੇ ਨੇ ਕਿ ਸ਼ਾਇਦ ਜਨਮ ਦਿਨ ਦੇ ਉੱਤੇ ਗਿਫਟ ਵਜੋਂ ਉਹਨਾਂ ਨੂੰ ਇੱਕ ਦੂਜੇ ਦੇ ਵੱਲੋਂ ਆਈਫੋਨ 13 ਗਿਫਟ ਕੀਤਾ ਜਾਵੇਗਾ। ਪਰ ਇਹ ਤਾਂ ਜਨਮ ਦਿਨ ਆਉਣ ਤੇ ਹੀ ਪਤਾ ਚੱਲੇਗਾ ਕਿ ਉਹਨਾਂ ਨੂੰ ਇੱਕ ਦੂਜੇ ਦਾ ਜਨਮ ਦਿਨ ਯਾਦ ਵੀ ਰਹਿੰਦਾ ਹੈ ਕਿ ਨਹੀਂ। ਅਤੇ ਬਹੁਤੇ ਲੋਕ ਤਾਂ ਕਿਸ਼ਤਾਂ ਉੱਤੇ ਆਈਫੋਨ 13 ਨੂੰ ਆਰਡਰ ਕਰ ਰਹੇ ਨੇ, ਤੇ ਕਈ ਤਾਂ ਮੇਰੇ ਵਰਗੇ ਮਾਤੜ ਬੰਦੇ ਇੰਤਜ਼ਾਰ ਕਰ ਰਹੇ ਨੇ ਕਿ ਆਈਫੋਨ ਦੇ ਜੋ ਪੁਰਾਣੇ ਮਾਡਲ ਨੇ ਆਈਫੋਨ 13 ਆਉਣ ਤੇ ਉਹਨਾਂ ਦੇ ਜੋ ਰੇਟ ਘਟਣਗੇ, ਤੇ ਉਹ ਆਈਫੋਨ ਦੇ ਜੋ ਪੁਰਾਣੇ ਮਾਡਲਸ ਨੇ ਉਹਨਾਂ ਨੂੰ ਈਜ਼ੀਲੀ ਅਫੋਰਡ ਕਰ ਸਕਣਗੇ। ਇਸ ਤਰ੍ਹਾਂ ਜੇ ਕੁੱਲ ਮਿਲਾ ਕੇ ਗੱਲ ਕਰੀਏ ਤੇ ਆਈਫੋਨ 13 ਆਉਣ ਦੇ ਕਾਰਨ ਘਰੋ ਘਰੀ ਲੋਕਾਂ ਦੇ ਬਜਟ ਹਿੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤੇ ਆਓ ਫਿਰ ਹੁਣ ਆਪਾਂ ਖਬਰਾਂ ਬੁਲਟਨ ਵਿੱਚ ਅੱਗੇ ਵਧਦੇ ਹਾਂ। ਦਰਸ਼ਕੋ, ਵਿਦੇਸ਼ਾਂ ਵਿੱਚ ਜਦੋਂ ਤੱਕ ਬੰਦਾ ਆਪਣਾ ਘਰ ਨਹੀਂ ਖਰੀਦ ਲੈਂਦਾ, ਉਦੋਂ ਤੱਕ ਉਹ ਵਣਜਾਰਿਆਂ ਵਾਂਗ ਕਈ ਘਰ ਚੇਂਜ ਕਰਦਾ ਰਹਿੰਦਾ ਹੈ। ਵੈਸੇ ਵਿਦੇਸ਼ਾਂ ਵਿੱਚ ਰੈਂਟਿੰਗ ਤੇ ਰਹਿਣ ਵਾਲਿਆਂ ਦਾ ਕੁਝ ਹਾਲ ਨਹੀਂ ਹੁੰਦਾ। ਕਦੇ ਕੰਟਰੈਕਟ ਖਤਮ ਹੋ ਗਿਆ, ਕਦੇ ਘਰ ਵਿਕ ਗਿਆ, ਜਾਂ ਫਿਰ ਕਈ ਵਾਰ ਓਨਰ ਕਹਿੰਦਾ ਹੈ ਕਿ ਮੈਂ ਘਰ ਦੀ ਰੈਨੋਵੇਸ਼ਨ ਕਰਨੀ ਹੈ, ਇਸ ਕਰਕੇ ਤੁਹਾਨੂੰ ਮੂਵ ਕਰਨਾ ਪਵੇਗਾ ਨਵੇਂ ਘਰ ਦੇ ਵਿੱਚ। ਇਸ ਤਰ੍ਹਾਂ ਬੰਦਾ ਵਿਦੇਸ਼ਾਂ ਵਿੱਚ ਘਰ ਚੇਂਜ ਕਰਕੇ ਹੀ ਥੱਕ ਜਾਂਦਾ ਹੈ। ਤੇ ਦਰਸ਼ਕੋ, ਦੇਖਿਆ ਕਿ ਮਸਾਂ ਹੀ ਬੰਦਾ ਜੋ ਆਪਣੇ ਚਿੱਠੀਆਂ ਦੇ ਜੋ ਐਡਰੈਸ ਹੁੰਦੇ ਨੇ ਉਹ ਚੇਂਜ ਕਰਵਾਉਂਦਾ ਹੈ, ਤੇ ਮਸਾਂ ਹੀ ਇੱਕ ਐਡਰੈਸ ਦੇ ਉੱਤੇ ਉਸਦੀਆਂ ਸਾਰੀਆਂ ਚਿੱਠੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ, ਤੇ ਤਦ ਉਸ ਨੂੰ ਪਤਾ ਚੱਲਦਾ ਹੈ ਕਿ ਉਸ ਨੂੰ ਘਰ ਚੇਂਜ ਕਰਨਾ ਪੈਣਾ ਹੈ, ਅਤੇ ਫਿਰ ਉਸ ਨੂੰ ਸਾਰੀਆਂ ਚਿੱਠੀਆਂ ਦੇ ਐਡਰੈਸ ਨਵੇਂ ਐਡਰੈਸ ਦੇ ਨਾਲ ਚੇਂਜ ਕਰਨੇ ਪੈਂਦੇ ਨੇ, ਤੇ ਬਹੁਤ ਹੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਵਿਦੇਸ਼ਾਂ ਵਿੱਚ ਜਦੋਂ ਲੋਕ ਇੱਕ ਦੂਜੇ ਨੂੰ ਮਿਲਣ ਜਾਂਦੇ ਨੇ, ਤੇ ਸਭ ਤੋਂ ਪਹਿਲਾਂ ਫੋਨ ਕਰਕੇ ਪੁੱਛਦੇ ਨੇ ਕਿ ਐਡਰੈਸ ਕੀ ਆ, ਕਿਉਂਕਿ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਇਸਨੇ ਐਡਰੈਸ ਚੇਂਜ ਕਰ ਹੀ ਲਿਆ ਹੋਣਾ। ਇਸ ਤਰ੍ਹਾਂ ਦਰਸ਼ਕੋ, ਦੇਖਿਆ ਹੈ ਕਿ ਸਾਡੀਆਂ ਜੋ ਕਈ ਜ਼ਰੂਰੀ ਚਿੱਠੀਆਂ ਹੁੰਦੀਆਂ ਨੇ ਉਹ ਪੁਰਾਣੇ ਐਡਰੈਸਾਂ ਉੱਤੇ ਹੀ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਨੇ, ਅਤੇ ਕੁੱਲ ਮਿਲਾ ਕੇ ਦੱਸਦੀ ਹੈ ਕਿ ਰੈਂਟਿੰਗ ਤੇ ਰਹਿੰਦੇ ਹੋਏ ਵਿਦੇਸ਼ਾਂ ਵਿੱਚ ਜੋ ਉਹ ਆਪਣਾ ਘਰ ਲੈਣ ਤੱਕ 50-60 ਘਰ ਚੇਂਜ ਕਰ ਲੈਂਦੇ ਨੇ। ਤੇ ਆਓ ਫਿਰ ਖਬਰਾਂ ਬੁਲਟਨ ਵਿੱਚ ਅੱਗੇ ਵਧਦੇ ਹਾਂ। ਦਰਸ਼ਕੋ, ਅੱਜ ਕੱਲ ਆਪਾਂ ਸਭ ਨੂੰ ਆਨਲਾਈਨ ਸ਼ਾਪਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ, ਅਤੇ ਦੇਖਿਆ ਹੋਵੇਗਾ ਕਿ ਆਪਾਂ ਸਭ ਈਬੇ, ਅਲੀ ਐਕਸਪ੍ਰੈਸ ਜਾਂ ਫਿਰ wish.com ਤੋਂ ਬਹੁਤ ਸਾਰੀਆਂ ਚੀਜ਼ਾਂ ਮੰਗਵਾਉਂਦੇ ਹਾਂ। ਪਰ ਦੇਖਿਆ ਹੈ ਕਿ ਇਹਨਾਂ ਚੀਜ਼ਾਂ ਦੀ ਜੋ ਡਿਲੀਵਰੀ ਦਾ ਟਾਈਮ ਫਰੇਮ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਹੁੰਦਾ ਹੈ, ਤੇ ਕਈ ਵਾਰ ਤਾਂ ਬੰਦਾ ਆਰਡਰ ਕਰਕੇ ਭੁੱਲ ਹੀ ਜਾਂਦਾ ਹੈ ਕਿ ਮੈਂ ਆਹ ਚੀਜ਼ ਵੀ ਆਰਡਰ ਕੀਤੀ ਸੀ। ਤੇ ਦਰਸ਼ਕੋ, ਇਸ ਦੀ ਤੁਲਨਾ ਜੋ DD1 ਦੇ ਉੱਤੇ ਸ਼ਾਮ ਨੂੰ ਫਿਲਮ ਆਉਂਦੀ ਸੀ ਉਸ ਦੇ ਨਾਲ ਕੀਤੀ ਗਈ ਹੈ। ਆਪ ਸਭ ਨੇ ਦੇਖਿਆ ਹੋਵੇਗਾ ਕਿ DD1 ਦੇ ਉੱਤੇ ਜਦੋਂ ਬਚਪਨ ਦੇ ਵਿੱਚ ਹਿੰਦੀ ਮੂਵੀ ਆਉਂਦੀ ਸੀ ਤੇ ਉਹ ਸਿਰਫ 5 ਮਿੰਟ ਦੀ ਮੂਵੀ ਦਿਖਾਉਂਦੇ ਸੀਗੇ, ਤੇ ਉਸ ਤੋਂ ਬਾਅਦ 15 ਮਿੰਟ ਦੀਆਂ ਐਡਵਰਟਾਈਜ਼ਮੈਂਟ ਹੁੰਦੀਆਂ ਸੀਗੀਆਂ, ਤੇ ਉਹਨਾਂ ਐਡਵਰਟਾਈਜ਼ਮੈਂਟ ਨੂੰ ਦੇਖਦਾ ਬੰਦਾ ਭੁੱਲ ਹੀ ਜਾਂਦਾ ਸੀਗਾ ਕਿ ਫਿਲਮ ਦੀ ਸਟੋਰੀ ਕੀ ਹੈ। ਇਸੇ ਤਰ੍ਹਾਂ ਬੰਦਾ ਜੋ ਆਨਲਾਈਨ ਸ਼ਾਪਿੰਗ ਕਰਦਾ ਹੈ ਇਹਨਾਂ ਵੈਬਸਾਈਟਸ ਤੋਂ, ਉਹ ਆਰਡਰ ਕਰਕੇ ਭੁੱਲ ਹੀ ਬੈਠਦਾ ਹੈ ਕਿ ਮੈਂ ਆਹ ਚੀਜ਼ ਵੀ ਆਰਡਰ ਕੀਤੀ ਸੀ। ਪਰ ਜੋ 3-4 ਮਹੀਨਿਆਂ ਬਾਅਦ ਜੋ ਡਿਲੀਵਰੀ ਘਰ ਪਹੁੰਚ ਹੀ ਜਾਂਦੀ ਹੈ, ਤੇ ਫਿਰ ਬੰਦਾ ਕਹਿੰਦਾ ਹੈ ਲੈ ਆਹ ਵੀ ਆਰਡਰ ਕੀਤਾ ਸੀ ਮੈਂ, ਤੇ ਇਸ ਤਰ੍ਹਾਂ ਬੰਦੇ ਨੂੰ ਉਸ ਟਾਈਮ ਦੇ ਉੱਤੇ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਜਿਵੇਂ ਖਜ਼ਾਨਾ ਮਿਲ ਗਿਆ ਹੋਵੇ। ਇਸ ਤਰ੍ਹਾਂ ਬੰਦਾ ਇਹਨਾਂ ਵੈਬਸਾਈਟ ਦੇ ਉੱਤੇ ਆਰਡਰ ਤਾਂ ਕਰ ਬੈਠਦਾ ਹੈ, ਤੇ ਪਰ ਜਦੋਂ ਇਹਨਾਂ ਦੀ ਡਿਲੀਵਰੀ ਘਰ ਪਹੁੰਚਦੀ ਹੈ ਤੇ ਬੰਦਾ ਉਸ ਟਾਈਮ ਤੇ ਬੁੜਾ ਹੋਣ ਜੋਗਾ ਹੋ ਜਾਂਦਾ ਹੈ। ਤੇ ਆਓ ਫਿਰ ਵਧਦੇ ਹਾਂ ਆਪਾਂ ਆਪਣੀ ਅਗਲੀ ਖਬਰ ਦੇ ਵੱਲ। ਦਰਸ਼ਕੋ, ਪਲਾਸਟਿਕ ਵਾਲੇ ਸਮਾਲ ਮਿਨਰਲ ਵਾਟਰ ਗਲਾਸ ਜਿਨ੍ਹਾਂ ਨੂੰ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ, ਇਹਨਾਂ ਨੂੰ ਖੋਲ੍ਹਣ ਦੇ ਟਾਈਮ ਦੇ ਉੱਤੇ ਕਾਫੀ ਚੀਜ਼ਾਂ ਘਟਿਤ ਹੁੰਦੀਆਂ ਨੇ। ਹੁਣ ਜੇਕਰ ਬੰਦਾ ਇਕੱਲਾ ਹੋਵੇ ਤੇ ਈਜ਼ੀਲੀ ਇਸ ਨੂੰ ਖੋਲ ਲੈਂਦਾ ਹੈ, ਤੇ ਜੇਕਰ ਇਸ ਪਾਣੀ ਦੇ ਗਲਾਸ ਨੂੰ ਖੋਲਦੇ ਹੋਏ ਭੜਾਕਾ ਵੀ ਪੈ ਜਾਵੇ ਤੇ ਕੋਈ ਬੇਇੱਜ਼ਤੀ ਨਹੀਂ ਹੁੰਦੀ, ਕਿਉਂਕਿ ਉਸ ਟਾਈਮ ਦੇ ਉੱਤੇ ਬੰਦਾ ਇਕੱਲਾ ਹੁੰਦਾ ਹੈ। ਪਰ ਦੂਜੇ ਪਾਸੇ ਦੇਖਿਆ ਹੈ ਕਿ ਜੇਕਰ ਬੰਦਾ ਰਿਸ਼ਤੇਦਾਰੀ ਵਿੱਚ ਬੈਠਾ ਹੋਵੇ ਜਾਂ ਫਿਰ ਵਿਆਹ ਸ਼ਾਦੀ ਵਿੱਚ ਗਿਆ ਹੋਵੇ ਜਾਂ ਫਿਰ ਪਾਰਟੀਆਂ ਦੇ ਵਿੱਚ ਗਿਆ ਹੋਵੇ, ਤੇ ਉਸ ਟਾਈਮ ਦੇ ਉੱਤੇ ਇਹ ਗਲਾਸ ਖੋਲਣਾ ਪੈ ਜਾਵੇ ਤੇ ਕਾਫੀ ਚੀਜ਼ਾਂ ਘਟਿਤ ਹੁੰਦੀਆਂ ਨੇ। ਤੇ ਦੇਖਿਆ ਹੈ ਕਿ ਲੋਕੀ ਪਾਰਟੀਆਂ ਦੇ ਵਿੱਚ ਇੱਕ ਦੂਜੇ ਨੂੰ ਇਹ ਗਲਾਸ ਪਾਸ ਕਰਦੇ ਹੋਏ ਦਿਖਾਈ ਦਿੰਦੇ ਨੇ, ਤੇ ਇੱਕ ਦੂਜੇ ਨੂੰ ਕਹਿੰਦੇ ਨੇ ਯਾਰ ਖੋਲੀ ਗਲਾਸ ਨੂੰ, ਮੇਰੇ ਯਾਰ ਹੱਥਾਂ ਨੂੰ ਘਿਓ ਲੱਗਾ ਆ। ਤੇ ਗੱਲ ਤਾਂ ਦਰਅਸਲ ਲੋਕੋ ਇਹ ਹੁੰਦੀ ਹੈ ਕਿ ਇਸ ਗਲਾਸ ਨੂੰ ਖੋਲਣ ਲੱਗੇ ਉਹਨਾਂ ਨੂੰ ਪਟਾਕਾ ਪੈਣ ਦਾ ਡਰ ਰਹਿੰਦਾ ਹੈ, ਤੇ ਕਈ ਵਾਰ ਹੁੰਦਾ ਵੀ ਇਦਾਂ ਹੀ ਹੈ ਕਿ ਗਲਾਸ ਨੂੰ ਪਤਾ ਨਹੀਂ ਕੀ ਗੱਲ ਹੁੰਦੀ ਹੈ, ਜਦੋਂ ਇਸ ਗਲਾਸ ਨੂੰ ਖੋਲਿਆ ਜਾਂਦਾ ਹੈ ਤੇ ਆਟੋਮੈਟਿਕਲੀ ਪਟਾਕਾ ਪੈ ਜਾਂਦਾ ਹੈ, ਤੇ ਪਾਣੀ ਜੋ ਇਸ ਵਿੱਚ ਹੁੰਦਾ ਹੈ ਉਹ ਸਾਰੀ ਰਿਸ਼ਤੇਦਾਰੀ ਉੱਤੇ ਪੈ ਜਾਂਦਾ ਹੈ, ਤੇ ਬੰਦਾ ਆਪਣੇ ਜੋ ਕੱਪੜੇ ਹੁੰਦੇ ਨੇ ਉਹ ਵੀ ਗਿੱਲੇ ਕਰ ਬੈਠਦਾ ਹੈ। ਤੇ ਦਰਸ਼ਕੋ, ਇਸ ਤਰ੍ਹਾਂ ਦੇਖਿਆ ਕਿ ਇਸ